ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ, ਘਰ ਦੂਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸਨ ਪਾਵਾ। ਹਉ ਜਾਏ ਪੁੱਛਾਂ ਆਪਣੇ ਸਤਿਗੁਰੈ, ਗੁਰ ਪੁੱਛ ਮਨ ਮੁਗਦ ਸਮਝਾਵਾ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸਨ ਪਾਵਾ। ਹਉ ਜਾਏ ਪੁੱਛਾਂ ਆਪਣੇ ਸਤਿਗੁਰੈ, ਗੁਰ ਪੁੱਛ ਮਨ ਮੁਗਦ ਸਮਝਾਵਾ। ਭੂਲਾ ਮਨ ਸਮਝੇ ਗੁਰ ਸਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ। ਹਉ ਸਭ ਵੇਸ ਕਰੀ ਪਿਰ ਕਾਰਣ, ਜੇ ਹਰ ਪ੍ਰਭ ਸਾਚੇ ਭਾਵਾ। ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ, ਹਉ ਕਿਉ ਕਰ ਧੀਰਜ ਪਾਵਾ। ਜਿਸ ਕਾਰਣ ਹੋ ਸਿਗਾਰ ਸਿਗਾਰੀ, ਸੋ ਪਿਰ ਰਤਾ ਮੇਰਾ ਅਵਰਾ। ਨਾਨਕ ਧਨ 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 ਸੁਹਾਗਣ, ਜਿਨ ਪਿਰ ਰਾਵੜਾ ਸਚ ਸਵਰਾ। ਹਉ ਜਾਏ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ। ਮੈਂ ਉਪਰ ਨਦਰ ਕਰੀ ਪਿਰ ਸਾਚੇ, ਮੈਂ ਛੋੜਿਆ ਮੇਰਾ ਤੇਰਾ। ਸਭ ਮਨ ਤਨ ਜਿਉ ਕਰਿਓ, ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀਏ। ਆਪਣੜਾ ਪ੍ਰਭ ਨਦਰ ਕਰ ਦੇਖੈ, ਨਾਨਕ ਜੋਤ ਜੋਤੀ ਰਲੀਐ। ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ, ਤਿਸ ਮਨ ਤਨ ਆਪਣਾ ਦੇਵਾ। ਨਿਤ ਪੱਖਾ ਫੇਰੀ ਸੇਵ ਕਮਾਵਾ, ਤਿਸ ਆਗੇ ਪਾਣੀ ਢੋਵਾ। ਨਿਤ ਨਿਤ ਸੇਵ ਕਰੀ ਹਰ ਜਨ ਕੀ, ਜੋ ਹਰ ਹਰ ਕਥਾ ਸੁਣਾਏ। ਧਨ ਧਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ। ਗੁਰ ਸਤਿਗੁਰ ਪਾਸਿਓ ਹਰ ਗੋਸ਼ਟ ਪੁੱਛਾਂ, ਹਰ ਸਾਂਝੀ ਹਰ ਗੁਣ ਗਾਵਾਂ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੇ ਨਾਮ ਸੁਣ ਤੇਰਾ।
ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਜਿਸ ਨੋ ਨਦਰ ਕਰੈ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਚੌਥਾ, ਘਰ ਦੂਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਵਿੱਚ ਬੜੀ ਤਾਂਘ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਹੇ ਹਰੀ ਤੇਰਾ ਦਰਸ਼ਨ ਕਰ ਸਕਾਂ। ਇਸ ਵਾਸਤੇ ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ ਅਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਮਝਾਉਂਦੀ ਰਹਿੰਦੀ ਹਾਂ, ਮੂਰਖ ਮਨ ਨੂੰ ਸਿੱਖਿਆ ਦਿੰਦੀ ਰਹਿੰਦੀ ਹਾਂ। ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਅਕਲ ਸਿੱਖਦਾ ਹੈ ਅਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਹੇ ਨਾਨਕ, ਜਿਸ ਮਨੁੱਖ ਉੱਤੇ ਮੇਰਾ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ। ਹੇ ਪ੍ਰਭੂ ਪਤੀ, ਮਿਲਣ ਦੀ ਖਾਤਰ ਸਾਰੇ ਵੇਸ ਧਾਰਮਿਕ ਪਹਿਰਾਵੇ ਆਦਿ ਕਰਦੀ ਹਾਂ ਤਾਂ ਕਿ ਮੈਂ ਉਸ ਦਾ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਸਕ ਜਾਵਾਂ। ਪਰ ਪਿਆਰਾ ਪ੍ਰਭੂ ਮੇਰੇ ਵੱਲ ਇਹਨਾਂ ਵੇਸਾਂ ਵੱਲ ਨਿਗਾਹ ਕਰਕੇ ਵੀ ਨਹੀਂ ਤੱਕਦਾ, ਤਾਂ ਫਿਰ ਇਹਨਾਂ ਬਾਹਰਲੇ ਵੇਸਾਂ ਨਾਲ ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ? ਜਿਸ ਪ੍ਰਭੂ ਪਤੀ ਦੀ ਖਾਤਰ ਮੈਂ ਬਾਹਰਲਾ ਸ਼ਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ ਪਤੀ ਤਾਂ ਹੋਰਨਾਂ ਅੰਦਰਲੇ ਆਤਮਿਕ ਸੋਝਾਂ ਵਿੱਚ ਪ੍ਰਸੰਨ ਹੁੰਦਾ ਹੈ। ਇਹ ਨਾਨਕ ਆਖ, ਉਹ ਜੀਵ ਇਸਤਰੀ ਸੁਹਾਗਣ ਯੋਗ ਹੈ, ਭਾਗਾਂ ਵਾਲੀ ਹੈ, ਜਿਸ ਨੇ ਉਸਦਾ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਕਸਮ ਪ੍ਰਭੂ ਦੀ ਪਿਆਰੀ ਜੀਵ ਇਸਤਰੀ ਨੂੰ ਮੈਂ ਜਾ ਕੇ ਪੁੱਛਦੀ ਹਾਂ, ਹੇ ਭੈਣੇ, ਤੂੰ ਪਿਆਰਾ ਪ੍ਰਭੂ ਪਤੀ ਕਿਵੇਂ ਲੱਭਾ? ਉਹ ਉੱਤਰ ਦਿੰਦੀ ਹੈ, ਹੇ ਭੈਣ, ਸਦਾ ਕਾਇਮ ਰਹਿਣੇ ਪ੍ਰਵਾਲੇ ਪ੍ਰਭੂ ਪਤੀ ਨੇ ਮੇਰੇ ਉੱਤੇ ਮਿਹਰ ਦੀ ਨਜ਼ਰ ਕੀਤੀ ਤਾਂ ਮੈਂ ਮੇਰ ਤੇਰ ਵਿਤਕਰਾ ਛੱਡ ਦਿੱਤਾ। ਹੇ ਭੈਣ, ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਓ, ਇਸ ਰਾਹ ਉੱਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ। ਹੇ ਨਾਨਕ ਆਖ, ਹੇ ਭੈਣ, ਪਿਆਰਾ ਪ੍ਰਭੂ ਜਿਸ ਜੀਵ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤ ਨਾਲ ਇੱਕਮਿਕ ਹੋ ਜਾਂਦੀ ਹੈ। ਜਿਹੜਾ ਗੁਰਮੁਖ ਮੈਨੂੰ ਹਰੀ ਪ੍ਰਭੂ ਦੀ ਸਿਫ ਸਲਾਹ ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ, ਤਨ, ਆਪਣਾ ਹਿਰਦਾ ਉਸਦੇ ਹਵਾਲੇ ਕਰਨ ਨੂੰ ਤਿਆਰ ਹਾਂ। ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸਦੀ ਸੇਵਾ ਕਰਨ ਨੂੰ ਤਿਆਰ ਹਾਂ ਅਤੇ ਉਸਦੇ ਵਾਸਤੇ ਪਾਣੀ ਧੋਣ ਨੂੰ ਤਿਆਰ ਹਾਂ। ਪਰਮਾਤਮਾ, ਜਿਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ ਸਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸਦੀ ਸੇਵਾ ਕਰਨ ਨੂੰ ਸਦਾ ਤਿਆਰ ਹਾਂ, ਸਦਾ ਤਿਆਰ ਹਾਂ। ਹੇ ਨਾਨਕ ਆਖ, ਧੰਨ ਹੈ ਮੇਰਾ ਗੁਰੂ, ਸਾਬਾਸ ਹੈ ਮੇਰੇ
ਪੂਰੇ ਗੁਰੂ ਨੂੰ ਜਿਹੜਾ ਮੇਰੇ ਮਨ ਵਿੱਚ ਪ੍ਰਭੂ ਮਿਲਾਪ ਦੀ ਟਿੱਕੀ ਹੋਈ ਆਸ ਪੂਰੀ ਕਰਦਾ ਹੈ। ਇਹ ਹਰੀ, ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ ਦੇ ਚਰਨਾਂ ਵਿੱਚ ਲੀਨ ਹੋ ਕੇ ਮੈਂ ਹਰ ਨਾਮ ਸਿਮਰਦਾ ਰਹਾਂ। ਗੁਰੂ ਪਾਸੋਂ ਮੈਂ ਹਰ ਮਿਲਾਪ ਦੀਆਂ ਗੱਲਾਂ ਪੁੱਛਦਾ ਰਹਾਂ। ਗੁਰੂ ਦੀ ਸੰਗਤ ਕਰਕੇ ਮੈਂ ਹਰ ਗੁਣ ਗਾਉਂਦਾ ਰਹਾਂ। ਗੁਰੂ ਦੇ ਮਿਲਾਪ ਦੀ ਬਰਕਤ ਨਾਲ ਮੈਂ ਸਦਾ ਹੀ ਹਰੀ ਦੇ ਗੁਣ ਗਾਉਂਦਾ ਰਹਾਂ। ਹੇ ਹਰੀ, ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਹੇ ਨਾਨਕ, ਆਖ ਜਦੋਂ ਮੈਨੂੰ ਮੇਰਾ ਮਾਲਕ ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਿਕ ਮੋਤੇ ਮਰ ਜਾਂਦੀ ਹੈ। ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਹਰੇਕ ਜੀਵ ਤਾਂਗ ਤਾਂਗ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸ਼ਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸ਼ਨ ਕਰਾਉਂਦਾ ਹੈ। ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਇਹ ਭਾਈ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਨਾਮ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਇਹ ਨਾਨਕ, ਮਨੁੱਖ ਪਰਮਾਤਮਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਇਸ ਤਰ੍ਹਾਂ ਪਰਮਾਤਮਾ ਅਤੇ ਪਰਮਾਤਮਾ ਦੇ ਭਗਤ ਇੱਕ ਰੂਪ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।